ਬੜੀ ਦਿੱਕਤ ਆ ਰਹੀ ਸੀ ਜਦੋਂ ਜੁਮਾ ਨਮਾਜ਼ ਅਦਾ ਕਰਨੀ ਸੀ ਤਾਂ ਦੂਸਰੇ ਪਿੰਡ ਜਾਣਾ ਪੈਂਦਾ ਸੀਗਾ ਜੀ, ਤੇ ਰੋਜ਼ਿਆਂ ਦੇ ਵਿੱਚ ਤਰਾਵੀਆਂ ਦੂਸਰੇ ਪਿੰਡ 'ਚ ਪੜ੍ਹਨ ਜਾਣਾ ਪੈਂਦਾ ਸੀਗਾ ਜੀ। ਮਸਜਿਦ ਦਾ ਸਾਨੂੰ ਬਹੁਤ ਪ੍ਰੋਬਲਮ ਸੀਗੀ, ਜਾਣਦੀ ਇਹ ਪਰਿਵਾਰ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ। ਸਾਡੇ ਬੱਚੇ ਆ ਜੋ ਪੜ੍ਹਨਾ ਸਿੱਖ ਕੁਰਾਨ ਪੜ੍ਹਨਾ ਸਿੱਖ ਜਾਣਗੇ ਅਤੇ ਇੱਥੇ ਨਮਾਜ਼ ਟਾਈਮ ਨਾਲ ਅਦਾ ਹੋਣ ਲੱਗ ਜੂ। ਜਗ੍ਹਾ ਸੀ ਜਿਹੜੀ ਸਾਡੇ ਪਰਿਵਾਰ ਦੀ ਤਕਰੀਬਨ 100 ਸਾਲ ਤੋਂ ਵਿਰਾਨ ਹੀ ਪਈ ਸੀ। ਪਿੱਛੇ ਜੇ ਇੱਥੋਂ ਮੁਸਲਿਮ ਭਾਈਚਾਰੇ ਨੇ ਐਫਰਟ ਕਰਿਆ ਕੋਈ ਜਗ੍ਹਾ ਖਰੀਦਣ ਦਾ, ਅਤੇ ਉੱਥੇ ਕੁਛ ਬੰਦਿਆਂ ਨੇ ਕਿਹਾ ਵੀ ਨਹੀਂ ਜੀ, ਮਾਈਕ 'ਤੇ ਜਿਵੇਂ ਗੁਰਦੁਆਰਾ ਸਾਹਿਬ ਨੇੜੇ ਮੰਦਰ ਤੋਂ ਝਿਜਕਦੇ ਨੇ ਵੀ ਰੌਲਾ ਪਊਗਾ। ਤੋ ਮੇਰੇ ਮਨ 'ਚ ਖਿਆਲ ਆਇਆ ਅਤੇ ਮੈਂ ਆਪਣੇ ਫਾਦਰ ਚਾਚੇ ਤਾਇਆਂ ਨਾਲ ਸ਼ੇਅਰ ਕਰੀ ਵੀ ਜਿਹੜੀ ਆਪਣੀ ਜਗ੍ਹਾ ਪਈ ਆ ਇਹ ਬਿਲਕੁਲ ਪਿੰਡ ਦੇ ਸੈਂਟਰ 'ਚ ਪਈ ਆ। ਪਹਿਲਾਂ ਵੀ ਤਕਰੀਬਨ ਮੇਰੀ 40 ਸਾਲ ਉਮਰ ਹੋ ਗਈ, ਅਤੇ ਇੱਕ ਮੇਰਾ ਦੋਸਤ ਹੁੰਦਾ ਸੀ ਕੇਸਰ ਖਾਂ, 30 ਸਾਲ ਤੋਂ ਮੈਂ ਸੋਚਦਾ ਆ ਰਿਹਾ ਜਿੰਨੇ ਵੀ ਮੁਸਲਿਮ ਭਾਈਚਾਰੇ ਦੇ ਲੋਕ ਨੇ ਸਾਡੇ ਪਿੰਡ ਦੇ, ਉਹ ਚਾਹੁੰਦੇ ਸੀ ਕਿ ਸਾਨੂੰ ਇਬਾਦਤ ਕਰਨ ਨੂੰ ਮਸਜਿਦ ਇੱਥੇ ਹੋਵੇ, ਕਿਉਂਕਿ ਉਹਨਾਂ ਨੂੰ ਗੁਆਂਢੀ ਪਿੰਡ ਰੋਡੀ ਵਾਲ ਜਾਂ ਬੇਗੋਵਾਲ ਜਾਣਾ ਪੈਂਦਾ ਸੀ। ਇੱਥੇ ਮੁਸਲਮਾਨਾਂ ਦੇ ਸਾਡੇ 8-9 ਘਰ ਹੈ, ਅਸੀਂ ਵੀਰ ਜੀ ਤਰਾਵੀਆਂ ਮੈਂ ਰੋਡੀ ਵਾਲ ਪੜ੍ਹ ਕੇ ਆਉਂਦਾ ਰਿਹਾ। ਇਹ ਸਾਨੂੰ ਐਂ ਜੀ ਹੋ ਗਏ ਹੋਣਗੇ 15-18 ਸਾਲ ਹੋ ਗਏ, ਕਿਉਂਕਿ ਜੋ ਵੀ ਬਾਹਰੋਂ ਜਮਾਤ ਆਉਂਦੀ ਸੀ ਮੇਰੇ ਘਰ, ਇੱਕ ਮੈਂ ਕਮਰਾ ਸਪੈਸ਼ਲ ਜਮਾਤ ਵਾਸਤੇ ਬਣਾ ਕੇ ਰੱਖਿਆ ਸੀਗਾ ਜੀ, ਉਹ ਆ ਕੇ ਜੀ ਮੇਰੇ ਘਰ ਹੀ ਜਮਾਤ ਨਮਾਜ਼ ਅਦਾ ਕਰਦੇ ਸੀ ਮਗਰਬ ਦੀ ਅਤੇ ਈਸ਼ਾ ਦੀ। ਬੜੀ ਦਿੱਕਤ ਆ ਰਹੀ ਸੀ ਜਦੋਂ ਜੁਮਾ ਨਮਾਜ਼ ਅਦਾ ਕਰਨੀ ਸੀ ਤਾਂ ਦੂਸਰੇ ਪਿੰਡ ਜਾਣਾ ਪੈਂਦਾ ਸੀਗਾ ਜੀ, ਅਤੇ ਰੋਜ਼ਿਆਂ ਦੇ ਵਿੱਚ ਤਰਾਵੀਆਂ ਦੂਸਰੇ ਪਿੰਡ 'ਚ ਪੜ੍ਹਨ ਜਾਣਾ ਪੈਂਦਾ ਸੀਗਾ ਜੀ। ਤੋ ਮੈਂ ਜਦੋਂ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕਰੀ ਤਕਰੀਬਨ 1 ਸਾਲ ਪਹਿਲਾਂ, ਤੋ ਸਾਰਾ ਮੇਰਾ ਪਰਿਵਾਰ ਬੜਾ ਖੁਸ਼ ਹੋਇਆ। ਚਾਚੇ ਤਾਏ ਕਹਿੰਦੇ ਵੀ ਬਹੁਤ ਵਧੀਆ ਸੋਚ ਹੈ, ਕਿਸੇ ਦੇ ਦਿਮਾਗ 'ਚ ਖਿਆਲ ਨਹੀਂ ਆ ਵੀ ਆਪਾਂ ਇਹ ਜਗ੍ਹਾ ਵੀ ਸਪੁਰਦਾਰੀ ਕਰੀਏ ਸਮੁੱਚੇ ਮੁਸਲਿਮ ਭਾਈਚਾਰੇ ਦੇ। ਪਰ ਫਿਰ ਹਾਲਾਤ ਐਸੇ ਬਣੇ ਕਿ ਕਰੋਨਾ ਕਰਕੇ ਸਰਕਾਰ ਨੇ ਲੋਕਡਾਊਨ ਪਰਮਿਸ਼ਨ ਨਹੀਂ ਮਿਲ ਰਹੀ ਕੱਟ ਕਰਨ ਦੀ, ਅਤੇ ਫਿਰ ਮੇਰੇ ਫੈਮਿਲੀ ਦੇ ਮੈਂਬਰ ਕਹਿੰਦੇ ਇੱਕ ਵਾਰ ਆਪਾਂ ਸਪੁਰਦਾਰੀ ਕਰੀਏ ਵੀ ਉਹ ਆਪਣੀ ਕਮੇਟੀ ਵਗੈਰਾ ਬਣਾ ਲੈਣਗੇ, ਉਸ ਤੋਂ ਬਾਅਦ ਜਿਵੇਂ ਵੀ ਹਾਲਾਤ ਠੀਕ ਹੋਏ ਤਾਂ ਅਸੀਂ ਇੱਕ ਪ੍ਰੋਗਰਾਮ ਰੱਖਾਂਗੇ ਤਕਰੀਬਨ, ਕਿਉਂਕਿ ਬਹੁਤ ਸਾਰੇ ਮੇਰੇ ਦੋਸਤ ਮਲੇਰਕੋਟਲੇ ਤੋਂ ਫੋਨ ਕਰਦੇ ਕਿ ਸਾਨੂੰ ਬੁਲਾਇਆ ਨਹੀਂ। ਅਸੀਂ ਤਾਂ ਜਸਟ ਇੱਕ 20-25 ਬੰਦੇ ਇਕੱਠੇ ਕਰਕੇ ਇੱਕ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਸਪੁਰਦਾਰੀ ਕਰਨੀ, ਫਿਰ ਵੀ 200 ਦੇ ਕਰੀਬ ਬੰਦੇ ਇਕੱਠੇ ਹੋ ਗਏ। ਸਾਡੇ ਮੀਆਂ ਦੀ ਜੋ ਸਾਡੀ ਪਹਿਲਾਂ ਪੰਚਾਇਤ ਹੁੰਦੀ ਸੀ, ਜਦੋਂ ਇਹਨਾਂ ਨੇ ਡਿਮਾਂਡ ਦੀ ਵੀ ਸਾਨੂੰ ਕੋਈ ਮਸਜਿਦ ਵਾਸਤੇ ਜਗ੍ਹਾ ਦਿੱਤੀ ਜਾਵੇ, ਅਤੇ ਸਾਡੇ ਕੋਲ ਪੰਚਾਇਤ ਉਸ ਟਾਈਮ ਤੋਂ ਵੀ ਹੁਣ ਵੀ ਪੰਚਾਇਤ ਕੋਲ ਕੋਈ ਜਗ੍ਹਾ ਦੇਣ ਵਾਸਤੇ ਹੈ ਨਹੀਂ ਤੀ, ਤਾਂ ਅਸੀਂ ਉਪਰਾਲਾ ਤਾਂ ਕਰਦੇ ਰਹੇ। ਅਨਵਰ ਖਾਂ, ਨੀਟੂ, ਰੋਸ਼ਨ ਖਾਂ ਸਾਡੇ ਨਾਲ ਕਸਰਮ 'ਚ ਰਹੇ ਵੀ ਸਾਨੂੰ ਕੋਈ ਜਗ੍ਹਾ ਦੇਵੋ ਪਿੰਡ 'ਚ, ਤਾਂ ਇਹ ਪਰਿਵਾਰ ਨੇ ਆਪਦੇ ਆਪ ਇਹਨਾਂ ਦੇ ਮਨ ਦੇ ਵਿੱਚੋਂ ਜਾਗੀ ਜ਼ਮੀਰ ਵੀ ਅਸੀਂ ਮਸੀਤ ਵਾਸਤੇ ਜਗ੍ਹਾ ਦਾਨ ਦੇਣੀ ਹੈ। ਇਹ ਪਰਿਵਾਰ ਨੇ ਪਹਿਲਾਂ ਵੀ ਸਾਡੇ ਰਵਿਦਾਸ ਸੀ ਭਾਈਚਾਰੇ ਧਰਮਸ਼ਾਲਾ ਵਾਸਤੇ ਜਗ੍ਹਾ ਦਾਨ ਦਿੱਤੀ ਸੀ, ਹੁਣ ਇਹਨਾਂ ਨੇ ਪਿੰਡ ਦੇ ਵਿੱਚ ਗੱਭੇ 30-80 ਜਗ੍ਹਾ ਲਗਭਗ ਤਾਂ ਇਹਨਾਂ ਨੇ ਮਸੀਤ ਵਾਸਤੇ ਮੁਸਲਮਾਨ ਭਾਈਚਾਰੇ ਨੂੰ ਨਵਾਜ਼ ਅਦਾ ਕਰਨ ਵਾਸਤੇ ਮਸੀਤ ਵਾਸਤੇ ਜਗ੍ਹਾ ਦਾਨ ਦਿੱਤੀ ਹੈ ਜੀ। ਮੈਂ ਜੀ ਆਪਣੇ ਜਗਮੇਲ ਸਿੰਘ ਦੇ ਪਰਿਵਾਰ ਦਾ ਬਹੁਤ ਦਿਲੋਂ ਧੰਨਵਾਦ ਕਰਦਾ, ਬਾਕੀ ਸਾਡਾ ਮੁਸਲਿਮ ਭਾਈਚਾਰਾ ਸਾਰਾ ਦਿਲੋਂ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹ ਪਰਿਵਾਰ ਨਾਲ ਸਾਡੇ ਰਿਲੇਸ਼ਨ ਬਹੁਤ ਪੁਰਾਣੇ ਸਮਿਆਂ ਤੋਂ ਹੀ ਨੇ ਜੀ। ਮੇਰਾ ਬੇਟਾ ਸੀਗਾ ਉਹ ਐਕਸਪਾਇਰ ਹੋ ਗਿਆ, ਉਹਦੇ ਜਗਮੇਲ ਸਿੰਘ ਦਾ ਕਲਾਸ ਫੈਲੋ ਸੀਗਾ, ਇਹਦਾ ਜਗਮੇਲ ਸਿੰਘ ਦਾ ਚਾਚਾ ਸੀ ਉਹ ਮੇਰਾ ਕਲਾਸ ਫੈਲੋ ਸੀ। ਇਸ ਤਰ੍ਹਾਂ ਸਾਡੀ ਜਾਣੀ ਦੀ ਬਹੁਤ ਪਰਿਵਾਰਕ ਸਾਂਝ ਹੈ ਇਹਨਾਂ ਨਾਲ, ਇਹ ਪਰਿਵਾਰ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ। ਪਰਮਾਤਮਾ ਇਹਨਾਂ ਨੂੰ ਅੱਲਾ ਮੇਰਾ ਗੋਡ ਮੇਰਾ ਜਾਣੀ ਦੀ ਬਹੁਤ ਪਰਮਾਤਮਾ ਨੂੰ ਤਰੱਕੀ ਬਖਸ਼ੇ ਜੀ ਇਹਨਾਂ ਨੂੰ ਪਰਿਵਾਰ ਨੂੰ।